ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਹੈਗੇ ਉਹ ਦਿੱਲੀ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਕੋਈ ਪੋਲੀਟੀਕਲ ਕ੍ਰਾਈਸਿਸ ਨਹੀਂ ਹੈ। ਅਰਵਿੰਦ ਕੇਜਰੀਵਾਲ ਜੀ ਬਤੌਰ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦੇ ਨਾਤੇ, ਜਿੱਥੇ ਉਹ ਦਿੱਲੀ 'ਚ ਸਰਕਾਰ ਵੀ ਚਲਾਉਣਗੇ, ਬਿਹਾਈਂਡ ਦਾ ਬਾਰ ਰਹਿਣ ਬੇਸ਼ੱਕ, ਕਿਉਂਕਿ ਇਹ ਸਾਰੇ ਇਲੈਕਟਿਡ MLAs ਨੇ ਪਹਿਲਾਂ ਹੀ ਫੈਸਲਾ ਲਿਆ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਪੱਖ ਵੀ ਲਾਮਬੰਦ ਹੋ ਰਿਹਾ, ਵਿਰੋਧੀ ਧਿਰ ਵੀ ਹੁਣ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਦੀ ਪਲੈਨਿੰਗ ਕਰ ਰਿਹਾ। ਦਿਲਚਸਪ ਗੱਲ ਇਹ ਹੋਏਗੀ ਕਿ ਇਸ ਰੈਲੀ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਬਲਕਿ ਇੰਡੀਆ ਅਲਾਇੰਸ ਦੇ ਕਈ ਜਿਹੜੇ ਦਲ ਨੇ ਉਹ ਵੀ ਸ਼ਾਮਿਲ ਹੋਣਗੇ। ਸਾਡੇ ਨਾਲ ਇਸ ਵਕਤ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਜੀ। ਪਹਿਲਾਂ ਤਾਂ ਕੰਗ ਜੀ ਇਹ ਦੱਸ ਦਿਓ ਕਿ ਇਹ ਜਿਹੜੀ ਰੈਲੀ ਹੋ ਰਹੀ ਹੈ ਉਹ ਕਿੰਨੇ ਕੁ ਵੱਡੀ ਹੋਏਗੀ ਪੰਜਾਬ 'ਤੇ, ਤੁਹਾਨੂੰ ਕਿੰਨੇ ਹੋਰ ਪੋਲੀਟੀਕਲ ਪਾਰਟੀ ਦਾ ਹੁਲਾਰਾ ਮਿਲਿਆ? ਦੇਖੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਅਰਵਿੰਦ ਕੇਜਰੀਵਾਲ ਜੀ, ਜਿਹੜੇ ਕਿ ਅੱਜ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹੈ, ਉਹਨਾਂ ਨੂੰ ਇਲੀਗਲੀ ED ਦੇ ਰਾਹੀਂ ਅਰੈਸਟ ਕੀਤਾ ਹੋਇਆ, ਜਿਹਦੇ ਖਿਲਾਫ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਆਲਰੇਡੀ ਹੋ ਰਹੇ, ਅੱਜ ਵੀ ਦਿੱਲੀ 'ਚ, ਹਰਿਆਣੇ 'ਚ ਔਰ ਬਾਕੀ ਸਟੇਟਾਂ 'ਚ ਵੀ। ਆਉਣ ਵਾਲੀ 31 ਮਾਰਚ ਨੂੰ ਨੋਟ ਓਨਲੀ ਆਮ ਆਦਮੀ ਪਾਰਟੀ, ਇੰਡੀਆ ਜਿਹੜਾ ਬਲੋਕ ਹੈ ਉਹਦੇ ਤਮਾਮ ਪਾਰਟੀਆਂ ਮਿਲ ਕੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਿਹਾ, ਔਰ ਉਹਦਾ ਇੱਕੋ ਏਜੰਡਾ ਹੈ ਕਿ ਜਿਸ ਤਰੀਕੇ ਨਾਲ ਅਨਡੈਮੋਕ੍ਰੈਟਿਕ ਤਰੀਕੇ ਨਾਲ, ਅਨਕੋਨਸਟੀਟਿਊਸ਼ਨਲੀ, ਇਲੀਗਲੀ ਵਿਰੋਧੀ ਧਿਰ ਦੇ ਲੀਡਰਾਂ ਨੂੰ ਅਰੈਸਟ ਕਰਕੇ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ, ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸਾਜ਼ਿਸ਼ ਕਰਕੇ ਉਹਨਾਂ ਨੂੰ ਝੂਠੇ ਕੇਸ ਫਸਾਇਆ ਜਾ ਰਿਹਾ, ਉਹਦੇ ਲਈ ਲੱਖਾਂ ਲੋਕ ਦੇਸ਼ ਭਰ 'ਚੋਂ ਰਾਮਲੀਲਾ ਗਰਾਊਂਡ 'ਤੇ 31 ਮਾਰਚ ਨੂੰ ਆ ਕੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਦਿਖਾਉਣਗੇ। ਇਹ ਜਿਹੜੇ ਲੋਕ ਸਭਾ ਚੋਣਾਂ ਹੋ ਰਹੀਆਂ ਨੇ, ਤੁਹਾਨੂੰ ਲੱਗਦਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਅਰੈਸਟ ਹੋਈ ਹੈ ਉਸਦਾ ਕੋਈ ਇੰਪੈਕਟ ਪਏਗਾ ਚੋਣ ਪ੍ਰਚਾਰ 'ਤੇ? ਡੈਫੀਨੇਟਲੀ ਇੰਪੈਕਟ ਪਊਗਾ। ਇੰਪੈਕਟ ਇਹ ਪਊਗਾ ਕਿ ਸਾਰੇ ਦੇਸ਼ ਨੂੰ, ਈਵਨ ਹੁਣ ਤਾਂ ਇੰਟਰਨੈਸ਼ਨਲ ਮੀਡੀਆ ਵੀ ਇਹ ਗੱਲ ਕਰ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਦਸ਼ਾ ਔਰ ਦਿਸ਼ਾ ਸਾਫ਼ ਸੁਥਰੀ ਰਾਜਨੀਤੀ ਦਿੱਤੀ ਹੈ, ਉਹਨਾਂ ਨੂੰ ਸਿਰਫ ਅਤੇ ਸਿਰਫ ਮੋਦੀ ਸਾਹਿਬ ਨੇ ਇਸ ਕਰਕੇ ਬੰਦ ਕੀਤਾ ਜੇਲ੍ਹ 'ਚ ਕਿ ਉਹ ਲੋਕ ਸਭਾ 'ਚ ਕੈਂਪੇਨ ਨਾ ਕਰ ਸਕਣ। ਲੇਕਿਨ BJP ਨੂੰ ਇਹ ਨਹੀਂ ਪਤਾ ਕਿ ਅਗਰ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਬੰਦ ਕਰਨਗੇ, ਲੱਖਾਂ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਦੇਸ਼ 'ਚ ਖੜ੍ਹੇ ਹੋਣਗੇ ਔਰ ਹੋ ਰਹੇ ਆ। ਔਰ ਦਿੱਲੀ 'ਚ ਸਾਨੂੰ ਪਹਿਲਾਂ ਲੱਗਦਾ ਸੀ 7 ਸੀਟਾਂ 'ਚ ਹੋ ਸਕਦਾ ਹੈ ਅਸੀਂ 4-3 ਅਲਾਇੰਸ ਜਿੱਤੀਏ, ਪਰ ਹੁਣ ਦਿੱਲੀ ਦੀਆਂ ਸਾਰੀਆਂ ਸੀਟਾਂ ਵੀ ਅਸੀਂ ਜਿੱਤਾਂਗੇ, ਕਲੀਨ ਸਵੀਪ। ਦਿੱਲੀ ਦੇ ਬੇਟਾ ਅਰਵਿੰਦ ਕੇਜਰੀਵਾਲ ਜੀ ਦੇ ਪ੍ਰਤੀ ਲੋਕਾਂ 'ਚ ਇੱਕ ਹਮਦਰਦੀ ਦੀ ਲਹਿਰ ਹੈ, BJP ਦੇ ਪ੍ਰਤੀ ਆਕਰੋਸ਼ ਦੀ ਲਹਿਰ ਹੈ। ਡੈਫੀਨੇਟਲੀ ਲੋਕ ਸਭਾ ਇਲੈਕਸ਼ਨਾਂ 'ਚ BJP ਨੂੰ ਬਹੁਤ ਬੁਰੀ ਤਰ੍ਹਾਂ ਜਿਹੜੇ ਲੋਕ ਮਾਤ ਦੇਣਗੇ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੀ ਜਿਹੜੀ ਸਰਕਾਰ ਹੈ ਉਸੇ ਕ੍ਰਾਈਸਿਸ ਪੈਦਾ ਹੋ ਗਿਆ, ਅਤੇ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਪੋਲੀਟੀਕਲ ਰਾਜਨੀਤਿਕ ਹਲਕਿਆਂ ਦੇ ਵਿੱਚ ਆਮ ਚਰਚਾ ਹੈਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਹੈਗੇ ਉਹ ਦਿੱਲੀ ਦੀ ਜ਼ਿੰਮੇਵਾਰੀ ਵੀ ਸੰਭਾਲ ਸਕਦੇ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਕੋਈ ਪੋਲੀਟੀਕਲ ਕ੍ਰਾਈਸਿਸ ਨਹੀਂ ਹੈ। ਅਰਵਿੰਦ ਕੇਜਰੀਵਾਲ ਜੀ ਬਤੌਰ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦੇ ਨਾਤੇ, ਜਿੱਥੇ ਉਹ ਦਿੱਲੀ 'ਚ ਸਰਕਾਰ ਵੀ ਚਲਾਉਣਗੇ, ਬਿਹਾਈਂਡ ਦਾ ਬਾਰ ਰਹਿਣ ਬੇਸ਼ੱਕ, ਕਿਉਂਕਿ ਇਹ ਸਾਰੇ ਇਲੈਕਟਿਡ MLAs ਨੇ ਪਹਿਲਾਂ ਹੀ ਫੈਸਲਾ ਲਿਆ, ਪਾਰਟੀ ਦੇ ਲੱਖਾਂ ਜਿਹੜੇ ਕਾਰਿਕਰਤਾ ਵਲੰਟੀਅਰ ਉਹਨਾਂ ਨੇ ਵੀ ਸਹਿਮਤੀ ਦਿੱਤੀ ਆ। ਦੂਸਰਾ, ਬਤੌਰ ਨੈਸ਼ਨਲ ਕਨਵੀਨਰ ਉਹ ਪਾਰਟੀ ਨੂੰ ਗਾਈਡ ਕਰਦੇ ਰਹਿਣਗੇ। ਤੀਸਰਾ,
ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਮੋਦੀ ਸਾਹਿਬ ਦੀ ਸਾਜ਼ਿਸ਼ ਹੈ ਉਹ ਵੀ ਹੁਣ ਸਾਰਿਆਂ ਦੇ ਸਾਹਮਣੇ ਆ ਗਈ ਆ ਕਿ ਤੁਮ ਮੁਝੇ ਚੰਦਾ ਦਿਓ, ਮੈਂ ਤੁਮੇ ਧੰਦਾ ਦੂੰਗਾ। ਸਰਤ ਚੰਦ ਜਿਹੜਾ ਰੈਡੀ ਦੇ ਐਵੀਡੈਂਸ ਤੇ ਜਾਂ ਗਵਾਹੀ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਸ ਤਰੀਕੇ ਨਾਲ ਬੰਦ ਕੀਤਾ ਇਹਨਾਂ ਨੇ ਜੇਲ੍ਹ 'ਚ, ਉਹ ਸਰਚੰਦ ਰੈਡੀ ਜਿਹੜਾ ਆ ਉਹ ਇੱਕ ਪਾਸੇ ਬੀਜੇਪੀ ਨੂੰ 60 ਕਰੋੜ ਰੁਪਇਆ ਜਿਹੜਾ ਆ ਪਾਰਟੀ ਦੇ ਫੰਡ ਦੇ ਨਾਂ 'ਤੇ ਦੇ ਰਿਹਾ, ਨਾਲ ਨਾਲ ਉਹਦੇ ਜਿਹੜੇ ਕੇਸ ਹੈ ਉਹ ਭਾਜਪਾ ਵਾਪਸ ਲੈ ਰਹੀ ਹੈ। ਤਾਂ ਸਿੱਧੀ ਜੀ ਗੱਲ ਹੈ ਕਿ ਏਜੰਸੀਆਂ ਦਾ ਮਿਸਯੂਜ਼ ਹੈ ਔਰ ਚੰਦੇ ਦੇ ਬਦਲੇ ਧੰਦਾ ਜਿਹੜਾ ਬੀਜੇਪੀ ਕਰ ਰਹੀ ਐਕਸਪੋਜ਼ ਹੋ ਗਈ ਆ। ਕੋਈ ਇੱਕ ਰਾਜਨੀਤਿਕ ਕ੍ਰਾਈਸਿਸ ਨਹੀਂ, ਬਤੌਰ ਪੰਜਾਬ ਦੇ ਹਰਮਨ ਪਿਆਰੇ ਨੇਤਾ ਮਾਨ ਸਾਹਿਬ ਪੰਜਾਬ ਦੀ ਅਗਵਾਈ ਕਰਦੇ ਰਹਿਣਗੇ, ਅਰਵਿੰਦ ਕੇਜਰੀਵਾਲ ਜੀ ਦਿੱਲੀ ਦੀ ਕਰਦੇ ਨੇ। ਤੁਸੀਂ ਚੰਦੇ ਦੀ ਗੱਲ ਕੀਤੀ ਹੈ, ਚੰਦੇ ਦਾ ਜਿਹੜਾ ਇਸ਼ੂ ਹੈ ਚੋਣਾਂ ਦਾ ਵਿੱਚ ਤੁਸੀਂ ਭਖਾਓਗੇ। ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੀ ਸਥਿਤੀ ਰਹੇਗੀ ਸਰ? ਦੇਖੋ, ਪੰਜਾਬ ਦੀ ਇੱਕ ਐਸੀ ਧਰਤੀ ਹੈ ਜਿੱਥੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ, ਔਰ ਬੀਜੇਪੀ ਦਾ ਕੋਰ ਏਜੰਡਾ ਆ ਕਿ ਭਾਈਚਾਰਿਆਂ ਨੂੰ ਲੜਾਓ ਅਤੇ ਵੋਟਾਂ ਪਾਓ, ਇਸ ਕਰਕੇ ਇੱਥੇ ਤਾਂ ਉਹਨਾਂ ਦਾ ਕੋਈ ਸਕੋਪ ਨਹੀਂ। ਦੂਜਾ ਜਿਹੜੀ ਗੱਲ ਹੈ, ਇਹ ਇੱਕ ਆਮ ਚਰਚਾ ਹੈ ਇਸ ਟਾਈਮ ਜਨ ਜਨ 'ਚ, ਘਰ ਘਰ 'ਚ, ਕਿ ਜਿੰਨਾ ਵੀ ਇਲੈਕਸ਼ਨ ਜਿਹੜਾ ਇਲੈਕਟੋਰਲ ਬੌਂਡ ਜਿਹੜਾ ਐਕਸਪੋਜ਼ ਹੋਇਆ ਬੀਜੇਪੀ ਦਾ, ਜਿਹਨੂੰ ਆਨਰੇਬਲ ਸੁਪਰੀਮ ਕੋਰਟ ਨੇ ਐਕਸਪੋਜ਼ ਕੀਤਾ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਜਿਹੜੇ ਲੋਕਾਂ ਦੇ ਖਿਲਾਫ ਇਨਵੈਸਟੀਗੇਸ਼ਨ ਸੀਗੀਆਂ ਉਹਨਾਂ ਤੋਂ ਭਾਜਪਾ ਨੇ ਚੰਦਾ ਲਿਆ ਅਤੇ ਇਨਵੈਸਟੀਗੇਸ਼ਨਸ ਖਤਮ ਕਰਤੀਆਂ, ਸਾਰਾ ਰਿਕਾਰਡ ਆ ਗਿਆ। ਅਰਵਿੰਦ ਕੇਜਰੀਵਾਲ ਜੀ ਵਾਲੇ ਕੇਸ ਵੀ, ਜਿਹੜਾ ਸਰਤ ਚੰਦਰ ਰੈਡੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਗਵਾਹ ਬਣਨ ਨੂੰ ਤਿਆਰ ਨਹੀਂ ਸੀ, ਔਨ ਰਿਕਾਰਡ ਕੋਰਟ ਦੇ ਇਹ ਮਤਲਬ ਜਿਹੜਾ ਰਿਕਾਰਡ ਕਹਿੰਦਾ ਹੈ, ਲੇਕਿਨ ਬਾਅਦ 'ਚ ਉਹਦੇ ਖਿਲਾਫ ਕਾਰਵਾਈ ਕੀਤੀ ਭਾਜਪਾ ਨੇ, ਉਹਦੇ ਪਿੱਛੇ ED ਲਗਾਈ, ਫਿਰ ਉਹਨੂੰ ਗਵਾਹ ਬਣਾਇਆ ਗਿਆ, ਉਹਨੂੰ ਮਜਬੂਰ ਕੀਤਾ ਔਰ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਝੂਠੀ ਗਵਾਹੀ ਦੇਣ ਨੂੰ, ਔਰ ਨਾਲ ਨਾਲ ਇਲੈਕਸ਼ਨ ਫੰਡ ਉਹਨਾਂ ਤੋਂ ਲੈ ਗਿਆ। ਸੋ ਇਹ ਚੰਦਾ ਅਤੇ ਧੰਦਾ ਇਹ ਐਕਸਪੋਜ਼ ਹੋ ਗਿਆ ਹੈ ਔਰ ਇਹ ਪੂਰਾ ਮੁੱਦਾ ਪੂਰੇ ਦੇਸ਼ 'ਚ ਬਣ ਗਿਆ, ਸਾਰੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਆਪਣੇ ਇਲੈਕਸ਼ਨ ਸਿਰਫ ਅਤੇ ਸਿਰਫ ਵੋਟਾਂ ਦੀ ਰਾਜਨੀਤੀ ਲਈ ਇੱਕ ਪਾਸੇ ਵਰਗ ਭਾਈਚਾਰਿਆਂ ਨੂੰ ਲੜਾਉਂਦੀ, ਦੂਜੇ ਪਾਸੇ ਕਾਰਪੋਰੇਟ ਨੂੰ ਫਾਇਦਾ ਦਿੰਦੀ ਹੈ। ਉਹਨਾਂ ਤੋਂ ਇਲੈਕਸ਼ਨ ਫੰਡ ਦੇ ਨਾਂ 'ਤੇ ਕਰੋੜਾਂ ਰੁਪਇਆ ਲਿਆ ਜਾਂਦਾ ਹੈ ਔਰ ਉਹਨਾਂ ਨੂੰ ਉਹਦੇ ਬਦਲੇ ਕੰਮ ਦਿੱਤਾ ਜਾਂਦਾ ਹੈ। ਪਬਲਿਕ ਕੋ ਜਿਹੜਾ ਹੈ, ਪਬਲਿਕ ਦਾ ਪੈਸਾ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ ਔਰ ਪਬਲਿਕ ਨੂੰ ਤਮਾਮ ਤਰੀਕੇ ਨਾਲ ਗਰੀਬੀ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਕਰ ਰਹੀ ਹੈ ਭਾਜਪਾ। ਕੰਗ ਜੀ, ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਹੈ ਉਹਦਾ ਇੱਕ ਵੱਡਾ ਇਸ਼ੂ ਸੀਗਾ ਪਿਛਲੇ ਚੋਣਾਂ ਦੇ ਵਿੱਚ, ਤਾਂ ਐਤਕੀ ਵੀ ਇਹ ਇਸ਼ੂ ਰਹੇਗਾ ਨਹੀਂ ਰਹੇਗਾ? ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਇਸ਼ੂ ਹੈ ਇੱਕ ਵਾਰ ਫਿਰ ਹੌਂਟ ਕਰੇਗਾ ਅਕਾਲੀ ਦਲ ਨੂੰ? ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬੇਅਦਬੀ ਹੋਈ ਸੀ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ, ਉਹਦੇ 'ਚ ਪ੍ਰਾਈਮਾ ਫੇਸੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਬੇਅਦਬੀ ਦੇ ਮੁੱਖ ਦੋਸ਼ੀ ਹੈ, ਚਾਹੇ ਈਵਨ ਜਿਹੜੇ ਹੁਣ ਅਸੀਂ ਪ੍ਰਦੀਪ ਕਲੇਰ ਵੀ ਫੜਿਆ ਸਾਡੀ ਸਰਕਾਰ ਨੇ, ਉਹ ਸਾਰੇ ਲੋਕਾਂ ਨੂੰ ਉਸ ਟਾਈਮ ਦੀ ਅਕਾਲੀ ਭਾਜਪਾ ਸਰਕਾਰ ਨੇ ਪੈਟਰੋਨੇਸ ਕੀਤਾ। ਸੋ ਇਹ ਤਾਂ ਬੜਾ ਸਪਸ਼ਟ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਅਕਾਲੀ ਭਾਜਪਾ ਬਾਦਲ ਪਰਿਵਾਰ ਨੇ, ਮਕਸਦ ਇੱਕੋ ਸੀ ਕਿ ਵੋਟਾਂ ਦੀ ਪੋਲੀਟਿਕਸ, ਵੋਟਾਂ ਦਾ ਲਾਹਾ ਲੈਣਾ ਸੀ। ਸੋ ਇਹ ਲੋਕਾਂ ਦੀਆਂ ਜਿਹੜੀਆਂ ਮਨੋ ਜਿਹੜੀ ਉਹਨਾਂ ਦੀ ਮਨ ਦੀ ਭਾਵਨਾ ਉਹਦੇ 'ਚ ਜਾ ਨਹੀਂ ਸਕਦਾ। ਸੋ ਡੈਫੀਨੇਟਲੀ ਉਹ ਵੀ ਗੁੱਸਾ, ਉਹ ਮੁੱਦਾ ਤਾਂ ਰਹੇਗਾ। ਮਾਨ ਸਾਹਿਬ ਦੀ ਸਰਕਾਰ ਲਗਾਤਾਰ ਲੱਗੀ ਹੈ ਕਿ ਉਹਦੇ 'ਤੇ ਜਸਟਿਸ ਹੋਵੇ ਔਰ ਜਿਹੜੇ ਐਕਚੁਅਲ ਕਲਪਰਿਸਟ ਹੈ, ਜਿਹੜੇ ਅਸਲ 'ਚ ਗੁਨਾਹਗਾਰ ਹੈ, ਉਹ ਬਿਹਾਇੰਡ ਦਾ ਬਾਹਰ ਹੋਣਗੇ ਔਰ 'ਤੇ ਵੀ ਆਉਣ ਵਾਲੇ ਟਾਈਮ 'ਚ ਜਲਦੀ ਸਜ਼ਾ ਸੁਣਾਈ ਜਾਊਗੀ।
ਕੰਗ ਜੀ, ਹੁਣ ਆਮ ਆਦਮੀ ਪਾਰਟੀ ਦੀਆਂ ਲੋਕ ਸਭਾ ਦੀਆਂ ਕੁਛ ਸੀਟਾਂ ਦੀ ਅਨਾਊਂਸਮੈਂਟ ਹੋਣੀ ਬਾਕੀ ਹੈ, ਤਾਂ ਉਹਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਬਾਹਰ ਨਾ ਹੋਣ ਦੇ ਚੱਲਦਿਆਂ ਇਹ ਡਿਲੇ ਹੋ ਸਕਦੀ ਹੈ? ਨਹੀਂ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਬਤੌਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਪਾਰਟੀ ਨੂੰ ਗਾਈਡ ਕਰਦੇ ਰਹਿਣਗੇ, ਔਰ ਜਿੱਥੋਂ ਤੱਕ ਪੰਜਾਬ ਦੀਆਂ ਸੀਟਾਂ ਦੀ ਗੱਲ ਹੈ, ਔਰ ਤੇ ਆਲਰੇਡੀ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਗੱਲ ਕਹਿ ਚੁੱਕੇ ਆ ਕਿ ਬਹੁਤ ਜਲਦੀ ਅਸੀਂ ਜਿਹੜੀਆਂ ਪੈਂਡਿੰਗ 5 ਸੀਟਾਂ ਆ ਉਹਨੂੰ ਵੀ ਅਨਾਊਂਸ ਕਰਾਂਗੇ, ਔਰ ਪੰਜਾਬ ਬਣੇਗਾ ਹੀਰੋ, ਪੰਜਾਬ 'ਚ ਆਮ ਆਦਮੀ ਪਾਰਟੀ ਲੋਕ ਸਭਾ ਦੀਆਂ ਸੀਟਾਂ ਜਿੱਤੂਗੀ 13-0। ਸ਼ੁਕਰੀਆ, ਤੁਸੀਂ ਸਮਾਂ ਦੇ। ਸ਼ੁਕਰੀਆ ਜੀ। ਐਸਨ ਮਲਵਿੰਦਰ ਸਿੰਘ ਕੰਗ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਐਤਕੀ ਜਿਹੜਾ ਬੇਅਦਬੀ ਦਾ ਮਾਮਲਾ ਹੈ ਉਹ ਚੋਣ ਦਾ ਇਸ਼ੂ ਰਹੇਗਾ, ਅਤੇ ਇਸ ਇਸ਼ੂ ਨੂੰ ਹੋਂਟ ਕਰ ਰਿਹਾ, ਅਕਾਲੀ ਦਲ ਨੂੰ ਹੋਂਟ ਕਰ ਰਿਹਾ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਗਠਜੋੜ ਨਾ ਹੋਇਆ, ਅਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਉਸਦੇ ਪਿੱਛੇ ਦਾ, ਅਤੇ ਜਿੱਥੋਂ ਕਰਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਸਵਾਲ ਹੈ। ਆਮ ਆਦਮੀ ਪਾਰਟੀ ਇਸ ਨੂੰ ਮੰਨਦਾ ਹੈ ਕਿ ਇਹ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ, ਅਤੇ ਦੂਜੀ ਵੱਡੀ ਗੱਲ ਜਿਹੜੀ ਮਲਵਿੰਦਰ ਸਿੰਘ ਕੰਗ ਹੋਰਾਂ ਨੇ ਕਹੀ ਕਿ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਹੋਣੀ ਜਾ ਰਹੀ ਹੈ, ਅਤੇ ਇਸ ਰੈਲੀ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਨਹੀਂ ਬਲਕਿ ਜਿਹੜੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਭਾਗ ਲੈਣਗੇ। ਇਹ ਇੱਕ ਤੁਸੀਂ ਕਹਿ ਲਓ ਜਿਹੜਾ ਵਿਰੋਧੀ ਧਿਰ ਹੈ ਉਹ ਇੱਕ ਲਾਮਬੰਦ ਹੋ ਰਿਹਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼, ਕਿਉਂਕਿ ਚੋਣਾਂ ਦਾ ਵੇਲਾ ਹੈ, ਚੋਣਾਂ ਦੇ ਵੇਲੇ ਦੇ ਕਈ ਮੁੱਦੇ ਪੱਕੇ ਹੋਏ ਨੇ, ਅਤੇ ਇੱਕ ਮੁੱਦਾ ਇਹ ਵੀ ਹੈਗਾ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ CBI ਅਤੇ ED ਦਾ ਦੁਰਉਪਯੋਗ ਕਰ ਰਹੀ ਹੈ, ਨਹੀਂ ਕਰ ਰਹੀ ਹੈ, ਅਤੇ ਚੰਦੇ ਦਾ ਵੀ ਇੱਕ ਵੱਡਾ ਇਸ਼ੂ ਹੈ। ਇਹਨਾਂ ਸਾਰੇ ਇਸ਼ੂਜ਼ 'ਤੇ ਮਲਵਿੰਦਰ ਕੰਗ ਹੋਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਤੁਸੀਂ ਦੇਖ ਰਹੇ ਹੋ ਪੰਜਾਬ ਤੱਕ।